ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਇਸ ਨੁਸਖੇ ਦਾ ਇਸਤੇਮਾਲ ਇੱਕ ਵਾਰ ਕਰ ਲਓ, ਸਿਰਫ ਅੱਧਾ ਘੰਟਾ ਇੰਤਜ਼ਾਰ ਕਰੋ, 30 ਮਿੰਟਾਂ ਬਾਅਦ ਅੰਤੜੀਆਂ ਵਿੱਚ ਜਮ੍ਹਾਂ ਸਾਰਾ ਗੰਦਾ ਮਲ ਬਾਹਰ ਨਿਕਲ ਜਾਵੇਗਾ, ਪੇਟ ਸਾਫ਼ ਹੋ ਜਾਵੇਗਾ, ਭੁੱਖ ਵਧੇਗੀ ਅਤੇ ਅੰਤੜੀਆਂ ਇੰਨੀਆਂ ਮਜ਼ਬੂਤ ਹੋ ਜਾਣਗੀਆਂ ਕਿ ਸਾਰਾ ਕੁਝ ਆਸਾਨੀ ਨਾਲ ਪਚੇਗਾ। ਦੋਸਤੋ, ਜੇਕਰ ਸਾਡਾ ਪੇਟ ਸਾਫ਼ ਰਹੇਗਾ ਤਾਂ 108 ਤਰ੍ਹਾਂ ਦੀਆਂ ਬਿਮਾਰੀਆਂ ਸਾਡੇ ਸਰੀਰ ਵਿੱਚੋਂ ਆਪਣੇ ਆਪ ਨਿਕਲ ਜਾਣਗੀਆਂ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਬਹੁਤ ਹੀ ਕਾਰਗਰ ਆਸਾਨ ਘਰੇਲੂ ਨੁਸਖਾ ਦੱਸਾਂਗੇ, ਜਿਸ ਦੇ ਇਸਤੇਮਾਲ ਤੋਂ ਬਾਅਦ ਤੁਹਾਡੀ ਕਬਜ਼ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ, ਪੇਟ ਬਿਲਕੁਲ ਸਾਫ਼ ਹੋ ਜਾਵੇਗਾ। ਹੁਣ ਤੁਹਾਨੂੰ ਦੱਸਦੇ ਹਾਂ ਇਸ ਨੁਸਖੇ ਨੂੰ ਤਿਆਰ ਕਰਨ ਦੇ ਤਰੀਕੇ ਬਾਰੇ। ਦੋਸਤੋ, ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਜਿਹੜੀ ਚੀਜ਼ ਸਭ ਤੋਂ ਪਹਿਲਾਂ ਲੈਣੀ ਹੈ ਉਹ ਹੈ ਸੌਂਫ। ਸੌਂਫ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਾਲ ਨਾਲ ਲੀਵਰ ਅਤੇ ਪੇਟ ਦੀਆਂ ਅੰਤੜੀਆਂ ਨੂੰ ਮਜ਼ਬੂਤ ਕਰਦਾ ਹੈ, ਭੋਜਨ ਨੂੰ ਚੰਗੀ ਤਰ੍ਹਾਂ ਹਜ਼ਮ ਕਰਦਾ ਹੈ, ਕਬਜ਼ ਦੇ ਕਾਰਨ ਪੇਟ ਵਿੱਚ ਹੋਣ ਵਾਲੇ ਦਰਦ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। 2 ਚਮਚ ਸੌਂਫ ਦਾ ਇਸਤੇਮਾਲ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਕਰਨਾ ਹੈ। ਦੋਸਤੋ, ਤੁਸੀਂ ਕੀ ਕਰਨਾ ਹੈ, 1 ਗਿਲਾਸ ਪਾਣੀ ਬਰਤਨ ਵਿੱਚ ਪਾ ਕੇ ਗੈਸ ਉੱਪਰ ਗਰਮ ਹੋਣ ਲਈ ਰੱਖਣਾ ਹੈ ਤੇ ਇਸ ਪਾਣੀ ਵਿੱਚ ਤੁਸੀਂ 2 ਚਮਚ ਸੌਂਫ ਦੇ ਪਾਉਣੇ ਹਨ ਤੇ ਗੈਸ ਨੂੰ ਹੌਲੀ ਕਰਕੇ 10 ਮਿੰਟ ਤੱਕ ਪਾਣੀ ਨੂੰ ਉਬਾਲਣਾ ਹੈ। 10 ਮਿੰਟ ਬਾਅਦ ਇਸ ਪਾਣੀ ਨੂੰ ਗੈਸ ਉੱਪਰ ਉਤਾਰ ਕੇ ਖਾਲੀ ਗਲਾਸ ਵਿੱਚ ਛਾਣ ਲੈਣਾ ਹੈ। ਦੋਸਤੋ, ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੀ ਹੈ ਉਹ ਹੈ ਅਰੰਡੀ ਦਾ ਤੇਲ। ਅਰੰਡੀ ਦਾ ਤੇਲ ਵੀ ਸਾਡੀਆਂ ਅੰਤੜੀਆਂ ਵਿੱਚ ਗੰਦਗੀ ਕੱਢਣ ਦਾ ਕੰਮ ਕਰਦਾ ਹੈ ਤੇ ਨਾਲ ਹੀ ਕਬਜ਼ ਨੂੰ ਦੂਰ ਕਰਦਾ ਹੈ। 1 ਚਮਚ ਅਰੰਡੀ ਦੇ ਤੇਲ ਦਾ ਲੈ ਕੇ ਤੁਸੀਂ ਇਸ ਨੁਸਖੇ ਵਿੱਚ ਮਿਲਾ ਦੇਣਾ ਹੈ। ਅੱਜ ਦਾ ਸਾਡਾ ਦੇਸੀ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ। ਦੋਸਤੋ, ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ। ਦੋਸਤੋ, ਸਵੇਰੇ ਖਾਲੀ ਪੇਟ ਇਸ ਨੁਸਖੇ ਦਾ ਗਰਮ ਗਰਮ ਸੇਵਨ ਕਰ ਲੈਣਾ ਹੈ। ਤੁਸੀਂ ਆਪਣੇ ਆਪ ਹੀ ਮਹਿਸੂਸ ਕਰੋਗੇ ਕਿ 1/2 ਘੰਟੇ ਬਾਅਦ ਹੀ ਤੁਹਾਡਾ ਪੇਟ ਖਾਲੀ ਹੋ ਜਾਵੇਗਾ, ਪੇਟ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਵੇਗੀ, ਅੰਤੜੀਆਂ ਸਾਫ਼ ਹੋ ਜਾਣਗੀਆਂ, ਪੇਟ ਦਾ ਦਰਦ ਦੂਰ ਹੋ ਜਾਵੇਗਾ। ਕੁਝ ਹੀ ਦਿਨਾਂ ਦੇ ਇਸਤੇਮਾਲ ਤੋਂ ਬਾਅਦ ਤੁਹਾਡੀ ਕਬਜ਼ ਦੀ ਸਮੱਸਿਆ ਪੁਰਾਣੀ ਤੋਂ ਪੁਰਾਣੀ ਕਬਜ਼ ਦੀ ਸਮੱਸਿਆ ਵੀ ਜੜ ਤੋਂ ਖਤਮ ਹੋ ਜਾਵੇਗੀ, ਪੇਟ ਦਾ ਭਾਰੀਪਨ ਖਤਮ ਹੋ ਜਾਵੇਗਾ, ਭੁੱਖ ਵੱਧ ਜਾਵੇਗੀ, ਭੋਜਨ ਚੰਗੀ ਤਰ੍ਹਾਂ ਪਚਣ ਲੱਗੇਗਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਜਾਣਕਾਰੀ। ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।